ਬਣਨ ਤਰਾਂਗੇ ਹੁਣ ਮੁਸ਼ਕਿਲ ਦੀਆਂ ਕੜੀਆਂ ਚੋਂ ਅੱਖਾਂ ਵਿੱਚ ਸੁਰ ਮੇਰੀ ਤਾਂ ਲੜਕਾਂ ਨੇ ਬਾਦਸ਼ਾਹ ਸਾਟੇ ਲੈ ਕੇ ਲੈ ਬਣ ਗੀਆਂ ਸਰਕਾਂ ਨੇ ਬਾਦਸ਼ਾਹ ਸਾਡੇ ਲਈ ਕੇ ਲੈ ਬਣ ਗੀਆਂ ਸਰਕਾਂ ਨੇ ਬਾਦਸ਼ਾਹ ਸਾਡੇ ਲਈ ਕੇ ਲੈ ਬਣ ਗੀਆਂ ਕੀ ਸੀਗਾ ਰਸਣ ਲੈ ਕੇ ਜਾ ਰਹੇ ਤੇ ਜੀ ਦਿੱਲੀ ਨੂੰ ਜੀ ਆ ਪਿੱਪਲੀ ਕੋਲ ਹੋ ਗਈ ਐਕਸੀਡੈਂਟ ਪਿੱਛੋਂ ਗੱਡੀ ਮਾਰੀ ਜ਼ੋਰ ਕਰ ਉਹ ਰੀੜ ਦੀ ਐਟੀਫੈਕਚਰ ਹੋ ਗਈ ਜੀ ਬੁਰੀ ਤਾਂ ਰਾਜ ਜੇ ਜਗਤਾਰ ਦੀ ਸਥਿਤੀ ਬਣੀ ਐ ਹਾਲਾਤ ਬਣਿਆ ਇਹ ਹਾਲਾਤ ਪਿੱਛੇ ਜ਼ਿੰਮੇਵਾਰ ਕੌਣ ਹੈ ਸਰਕਾਰ ਹੈ ਜੀ ਹੋਰ ਕੌਣ ਹੈ ਜੀ ਇਹ ਕਿਸਾਨਾਂ ਨੂੰ ਪਰੇਸ਼ਾਨ ਕਰਿਆ ਤਾਂ ਆਪਾਂ ਜਾ ਰਹੇ ਜੀ ਉੱਥੇ ਨੂੰ ਉਹਨਾਂ ਦਾ ਵੀ ਇਹ ਗੱਲ ਹੋ ਸਕਦੀ ਹੈ ਇਦਾਂ ਵੀ ਐਕਸੀਡੈਂਟ ਜਾਣਬੋਝੇ ਕਰਾਇਆ ਜਾਵੇ ਜਾਂ ਸਰਕਾਰ ਆਪਣੀ ਮਨਾਉਣੇ ਪਰ ਆਵੇ ਜੀ ਸ਼ਾਇਦ ਉਹ ਐ ਸੋਚਦੀ ਹੋਗੀ ਵੀ ਅਸੀਂ ਇੱਕਾ ਡਰਾ ਕੇ ਬੱਚਿਆਂ ਨੂੰ ਕੁਝ ਤਕਲੀਫ ਦੇ ਕੇ ਇਹਨਾਂ ਨੂੰ ਰੋਕ ਸਕੀਏ ਜੀ ਜਿਨ੍ਹਾਂ ਦੇ ਲਈ ਰੋਟੀ ਪਾਣੀ ਲੈ ਕੇ ਜਾ ਰਹੇ ਸੀ ਆਪ ਖੁਦ ਰੋਟੀ ਪਾਣੀ ਤੋਂ ਇੱਕ ਤਰੀਕਾ ਮਹਤਾਜ ਪੀ.ਡੀ.ਆਈ ਅਲਾ ਚੱਲਿਆ ਪਹਿਲਾਂ ਉਹਨਾਂ ਦਾ 8 ਤਰੀਕ ਦਾ ਆਪਰੇਸ਼ਨ ਸੀਗਾ ਰੱਬ ਦੀ ਮਿਹਰ ਹੈ ਜੀ ਆਪਣੇ ਪੈਰਾਂ ਤੇ ਤੁਰ ਸਕੇ ਜੇ ਬੱਚਾ ਸਾਡਾ ਘਰ ਦਾ ਹੁਣ ਦੀ ਸਥਿਤੀ ਕੀ ਅੱਜ ਦੀ ਅੱਜ ਦੀ ਸਥਿਤੀ ਦਾ ਜੀ ਉਹਦੀ ਬੈੱਡ ਤੇ ਜੀ ਉਹ ਇਸ ਟਾਈਮ ਆਪ ਹਿੱਲ ਜੁਲ ਨਹੀਂ ਹੋ ਕਰ ਸਕਦਾ ਬਿਲਕੁਲ ਵੀ ਜਗ ਨਾ ਰਹਿ ਅਲਾਜ ਦੀ 8 ਲੱਖ ਦੇ ਕਰੀਬ ਜੀ ਸਾਨੂੰ ਉੱਥੇ ਦੀ ਟ੍ਰੀਟਮੈਂਟ ਹੈ ਜੀ ਬੱਚੇ ਦੀ ਮਹੀਨੇ ਦੀ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ ਸਾਡੇ ਕੋਲ ਜੀ 2 2.5 ਕਿੱਲੇ ਆ ਜੀ ਹੈ ਕਿਸੇ ਵੱਲੋਂ ਮਦਦ ਸਰਕਾਰ ਵੱਲੋਂ ਹੋਈ ਹੈ ਕਿਸੇ ਵੱਲੋਂ ਸਰਕਾਰ ਵੱਲੋਂ ਨਹੀਂ ਜੀ ਸਾਨੂੰ ਬਾਹਰ ਗਏ ਵੀਰ ਭਰਾਵਾਂ ਦਾ ਸਹਿਯੋਗ ਮਿਲ ਰਿਹਾ ਕੁਛ ਉਰੇ ਤੇ ਕੀਤਾ ਪਰ ਹਲੇ ਸਰਕਾਰ ਵੱਲੋਂ ਸਾਨੂੰ ਕੁਝ ਨਹੀਂ ਆਇਆ ਜੀ ਦਿੱਲੀ ਵਾਲੇ ਜਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਉਹਨਾਂ ਨੇ ਕਿਹਾ ਵੀ ਮਤਲਬ ਅਸੀਂ ਗਰੰਟੀ ਦਿੰਦੇ ਆ ਵੀ ਠੀਕ ਹੋ ਜਾਊਗਾ ਪਹਿਲਾਂ ਵਾਂਗ ਆਪਣੇ ਪੈਰਾ ਦੇ ਹੋ ਜਾਊਗਾ ਮੜਾ ਮੋਟਾ ਹੋ ਜਾਊ ਜੀ ਚੱਲਦਾ ਜਾਣੀ ਆਪਣੇ ਕਿਰਿਆ ਸੋਧਣ ਚੋਗਾ ਹੋ ਜਾਊਗਾ ਜੀ ਬਸ ਇੰਨਾ ਕਿਸੇ ਨੇ ਗੁੰਮਰਾ ਕੀਤਾ ਤੁਹਾਨੂੰ ਤੁਹਾਨੂੰ ਕਿਸੇ ਨੇ ਗੁੰਮਰਾ ਨਹੀਂ ਕੀਤਾ ਸਾਨੂੰ ਪਤਾ ਹੈ ਜੀ ਸਾਡਾ ਹੱਕ ਹੈ ਜੀ ਜ਼ਮੀਨ ਸਾਡੀ ਹੈ ਜੀ ਅਸੀਂ ਇਹ ਹੀ ਦੋ ਤਿੰਨ ਕਿੱਲੇ ਸਰਕਾਰ ਨੂੰ ਦੇ ਦਾਂਗੇ ਫਿਰ ਅਸੀਂ ਖਾਵਾਂਗੇ ਕਿ ਫਤੇਗੜ ਸਾਹਿਬ ਦੇ ਪਿੰਡ ਸੈਂਪਲੀ ਪਹੁੰਚੇ ਆ ਮੋਹਾਲੀ ਤੋਂ 15-16 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਪਿੰਡ ਹੈ ਲਗਾਤਾਰ ਪਿੰਡਾਂ ਦੇ ਵਿੱਚੋਂ ਸਾਧਨ ਭਰ-ਭਰ ਕੇ ਦਿੱਲੀ ਆਪਣੇ ਹੱਕ ਮੰਗਣ ਦੇ ਲਈ ਜਾ ਰਹੇ ਆ ਪਰ ਬਹੁਤ ਸਾਰੀਆਂ ਅਜਹੀਆਂ ਦਰਦ ਭਰੀਆਂ ਕਹਾਣੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਪਸੀ ਜਾਂਦਾ ਅਸੀਂ ਜਗਤਾਰ ਸਿੰਘ ਹੋਰਾਂ ਦੇ ਘਰ ਦੇ ਬਾਹਰ ਖੜੇ ਆ ਜੋ ਕਿ ਰਾਜਧਾਨੀ ਦਿੱਲੀ ਵੱਲ ਉਹ ਆਪਣੇ ਕਿਸਾਨ ਵੀਰਾਂ ਦੇ ਲਈ ਰਾਸ਼ਨ ਪਾਣੀ ਲੈ ਕੇ ਜਾ ਰਿਹਾ ਸੀ ਪਰ ਰਾਸਤੇ 'ਚ ਹਰਿਆਣੇ 'ਚ ਟਰਾਲੀ ਦੀ ਟਰੱਕ ਨਾਲ ਟੱਕਰ ਤੋਂ ਬਾਅਦ ਰੀਡ ਦੀ ਹੱਡੀ ਇੰਨੇ ਬੁਰੇ ਤਰੀਕੇ ਦੇ ਨਾਲ ਟੁੱਟ ਜਾਂਦੀ ਹੈ ਕਿ ਸਰੀਰ ਜਿਹੜਾ ਹੈ ਉਹ ਆਪਣੇ ਆਪ ਜੋਗਾ ਨਹੀਂ ਰਹਿੰਦਾ ਇਹ ਜਿਹੜਾ ਤੁਸੀਂ ਮੰਝਾ ਦੇਖ ਰਹੇ ਹੋ ਇਹ ਉਸੇ ਦਾ ਸੀਗਾ ਪਰ ਹੁਣ ਜਿਹੜਾ ਜਗਤਾਰ ਹੋਰਾਂ ਨੂੰ ਦਿੱਲੀ ਜਿਹੜਾ ਹੈ ਉਹ ਲੈ ਕੇ ਗਏ ਰਿਹਾ ਔਰ ਜਗਤਾਰ ਹੋਰਾਂ ਦੇ ਪਰਿਵਾਰ ਨਾਲ ਜਿਹੜੀ ਹੈ ਗੱਲਬਾਤ ਅਸੀਂ ਕਰਾਂਗੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਦਾਸ ਤਾਂ ਉਹ ਤੁਹਾਡੇ ਨਾਲ ਜ਼ਰੂਰ ਜਿਹੜੀ ਆ ਸਾਂਝੀ ਕਰਾਂਗੇ ਸਸੀ ਕਾਲ ਜੀ ਤੁਸੀਂ ਜਗਤਾਰ ਦੇ ਪਿਤਾ ਜੀ ਹਾਂਜੀ ਡੈਡੀ ਆ ਜੀ ਮਨ ਤੇ ਤੁਹਾਡੇ ਕੀ ਲੱਗਦਾ ਸੀ ਜਗਤਾਰ ਜੀ ਮੇਰਾ ਦੇਵਰਾ ਜੀ ਕੀ ਹੋਇਆ ਕੀ ਸੀਗਾ ਮਤਲਬ ਰੀਡ ਦੀ ਹੱਡੀ ਸੁਣਾ ਵੀ ਟੁੱਟ ਗਈ ਬੁਰੇ ਤਰੀਕੇ ਦੇ ਨਾਲ ਰੋਸ਼ਨ ਲੈ ਕੇ ਜਾ ਰਹੇ ਤੇ ਜੀ ਦਿੱਲੀ ਨੂੰ ਜੀ ਆ ਪਿੱਪਲੀ ਕੋਲ ਹੋ ਗਿਆ ਐਕਸੀਡੈਂਟ ਪਿੱਛੋਂ ਗੱਡੀ ਮਾਰੀ ਜ਼ੋਰ ਨਾਲ ਉਹ ਰੀਡ ਦੀ ਅਨਟੀਫ੍ਰੈਕਚਰ ਹੋ ਗਈ ਜੀ ਬੁਰੀ ਤਰ੍ਹਾਂ ਕਿੰਨੇ ਜਣੇ ਸੀਗੇ ਉਸ ਟਰਾਲੀ ਚ ਉਹ 7 7-8 ਜਣਾ ਸੀਗੇ ਜੀ ਰਾਸ਼ਨ ਕਿਨਾਂ ਲਈ ਲੈ ਕੇ ਜਾ ਰਹੇ ਸੀਗੇ ਦਿੱਲੀ ਕਿਸਾਨਾਂ ਲਈ ਜੀ ਕਿਸਾਨਾਂ ਲਈ ਹਾਂਜੀ ਬਹੁਤ ਕੁਦਰਤੀ ਮਾਰ ਪਈ ਐ ਵੀ ਜਿਨ੍ਹਾਂ ਦੇ ਲਈ ਰੋਟੀ ਪਾਣੀ ਲੈ ਕੇ ਜਾ ਰਹੇ ਸੀ ਆਪ ਖੁਦ ਰੋਟੀ ਪਾਣੀ ਤੋਂ ਇੱਕ ਤਰੀਕਾ ਮਹਤਾਜ ਹੋ ਗਏ ਹਾਂਜੀ ਹਾਂਜੀ ਸੱਟ ਬਹੁਤ ਹੀ ਜ਼ਿਆਦਾ ਵੱਜੀ ਐ ਜੀ ਪੀਜੀਆਈ ਇਲਾਜ ਚੱਲਿਆ ਪਹਿਲਾਂ ਉਹਨਾਂ ਦਾ 8 ਤਰੀਕ ਦਾ ਆਪਰੇਸ਼ਨ ਸੀਗਾ ਤੇ ਉਸ ਤੋਂ ਬਾਅਦ 14 ਤਰੀਕ ਨੂੰ ਘਰ ਆ ਗਏ ਸੀਗੇ ਤੇ ਹੁਣ ਸਾਨੂੰ ਕਿਸੇ ਨੇ ਸਲਾਹ ਦਿੱਤੀ ਸੀ ਵੀ ਟ੍ਰੀਟਮੈਂਟ ਦਿੱਲੀ ਵੀ ਬਿਹਤਰ ਹੋ ਸਕਦੀ ਹੈ ਇਹਦੀ ਬੈਠਣ ਦੇ ਯੋਗ ਹੋ ਸਕਦਾ ਇਸ ਕਰਕੇ ਅਸੀਂ ਉਹਨੂੰ ਉੱਥੇ ਭੇਜਿਆ ਜੀ ਹੁਣ ਰੱਬ ਦੀ ਮਿਹਰ ਹੈ ਜੀ ਆਪਣੇ ਪੈਰਾਂ ਤੇ ਤੁਰ ਸਕੇ ਜੇ ਬੱਚਾ ਸਾਡਾ ਘਰ ਦਾ ਪਰ ਹੁਣ ਹੁਣ ਦੀ ਸਥਿਤੀ ਕੀ ਅੱਜ ਦੀ ਸਥਿਤੀ ਅੱਜ ਦੀ ਸਥਿਤੀ ਤਾਂ ਜੀ ਉਹਦੀ ਬੈੱਡ ਤੇ ਹੈ ਜੀ ਉਹ ਇਸ ਟਾਈਮ ਆਪ ਹਿੱਲ ਜੁਲ ਨਹੀਂ ਉਹ ਕਰ ਸਕਦਾ ਬਿਲਕੁਲ ਵੀ ਪਿਆ ਹੈ ਸਿਰਫ ਉਹ ਅੱਛਾ ਹਾਂਜੀ ਤੇ ਜਿਵੇਂ ਅੱਜ ਦੀ ਪੰਜਾਬ ਦੀ ਜਿਹੜੀ ਕਰਸਾਨੀ ਹੈ ਬਹੁਤ ਕਰਜ਼ੇ ਦੀ ਮਾਰ ਹੇਠ ਹੈ ਤੇ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ ਸਾਡੇ ਕੋਲ ਜੀ 2 2.5 ਕਿੱਲੇ ਆ ਜੀ ਅੱਛਾ ਤੇ ਖਰਚਾ ਕਿੰਨਾ ਰਿਹਾ ਇਲਾਜ ਤੇ ਇਲਾਜ ਤੇ ਜੀ ਖਰਚਾ ਕਰੀਬਨ ਚੱਲੇ ਰਿਹਾ ਹੈ ਜੀ ਕੋਈ ਹਿਸਾਬ 8 ਲੱਖ ਦੇ ਕਰੀਬ ਜੀ ਸਾਨੂੰ ਉੱਥੇ ਦੀ ਟ੍ਰੀਟਮੈਂਟ ਹੈ ਜੀ ਬੱਚੇ ਦੀ ਮਹੀਨੇ ਦੀ ਇੱਕ ਮਹੀਨੇ ਦੀ ਹਾਂਜੀ ਕੀ ਕਿਹਾ ਉਹਨਾਂ ਨੇ ਵੀ ਕਿ ਕਿੰਨੀ ਕਿੰਨੀ ਦੇਰ ਮਤਲਬ ਟ੍ਰੀਟਮੈਂਟ ਚੱਲੂ ਉੱਥੇ ਇਹ 55 ਦਿਨ ਕਿਹਾ ਜੀ ਉਹਨਾਂ ਨੇ ਹੁਣ ਪਹਿਲਾਂ ਸ਼ੁਰੂ ਚ ਅੱਛਾ ਬਾਕੀ ਫਿਰ ਬਾਅਦ ਚ ਪ੍ਰੋਸੀਜਰ ਚੱਲੂਗਾ ਜੀ ਜੋ 55 ਦਿਨਾਂ ਤੋਂ ਬਾਅਦ 2.5 ਕਿੱਲਿਆਂ ਦੇ ਵਿੱਚ ਜੇ 1 ਮਹੀਨੇ ਦਾ 8 ਲੱਖ ਕਹਿ ਰਹੇ ਆ ਤਾਂ 16 ਲੱਖ ਰੁਪਏ ਬਣ ਗਿਆ 16 ਲੱਖ ਰੁਪਏ ਫਿਰ ਕਿਦਾਂ ਕੋਈ ਹੈ ਕਿਸੇ ਵੱਲੋਂ ਮਦਦ ਸਰਕਾਰ ਵੱਲੋਂ ਹੋਈ ਹੈ ਕਿਸੇ ਵੱਲੋਂ ਸਰਕਾਰ ਵੱਲੋਂ ਨਹੀਂ ਜੀ ਸਾਨੂੰ ਬਾਹਰ ਗਏ ਵੀਰ ਭਰਾਵਾਂ ਦਾ ਸਹਿਯੋਗ ਮਿਲ ਰਿਹਾ ਕੁਸ਼ੂਰੇ ਤੇ ਕੀਤਾ ਪਰ ਹਲੇ ਸਰਕਾਰ ਵੱਲੋਂ ਸਾਨੂੰ ਕੁਝ ਨਹੀਂ ਆਇਆ ਜੀ ਉਰੇ ਤੇ ਦੇ ਰਹੇ ਆ ਜੀ ਬੱਚੇ ਦੇ ਰਹੇ ਆ ਬਾਹਰ ਗਏ ਬਿਆਂ ਆਪਣੇ ਵੀਰੋ ਦੇ ਰਹੇ ਆ ਕੁਝ ਘਰ ਤੋਂ ਲਾ ਰਹੇ ਆ ਜੀ ਸੱਟ ਤੋਂ ਜਿੰਨਾ ਬਣੇਗਾ ਆਪਣੇ ਬੱਚੇ ਤੇ ਉਹਨਾਂ ਅਸੀਂ ਘਰ ਤੇ ਲਾਵਾਂਗੇ ਹਾਂਜੀ ਉਹ ਜਗਤਾਰ ਨਾਲ ਗੱਲਬਾਤ ਬੋਲਦਾ ਚੱਲਦਾ ਹੈ ਜੀ ਹਾਂਜੀ ਬੋਲਦਾ ਹੈ ਗੱਲ ਕਰ ਲੈਂਦਾ ਜੀ ਪਰ ਉਹ ਆਪਣੇ ਹੈ ਨਹੀਂ ਜੀ ਕੰਡੀਸ਼ਨ ਆਉਂਦੀ ਹੈ ਇਹ ਜੀ ਥੋੜਾ ਮੋਟਾ ਗੱਲ ਕਰ ਲੈਂਦਾ ਹੈ ਜੀ ਜਦੋਂ ਮਤਲਬ ਜ਼ਿੰਦਗੀ 'ਚ ਅਜਿਹੀ ਸਥਿਤੀ ਬਣ ਜਾਂਦੀ ਹੈ ਬੰਦੇ ਦਾ ਇੱਕ ਤਰੀਕ ਨਾ ਹੌਸਲਾ ਡੇਗ ਜਾਂਦਾ ਤੇ ਤੁਹਾਡੇ ਨਾਲ ਜਦੋਂ ਗੱਲਬਾਤ ਕਰਦਾ ਕਿ ਤੁਹਾਨੂੰ ਹੌਸਲਾ ਦਿੰਦਾ ਜਾਂ ਕੀ ਕਹਿੰਨੇ ਆ ਵੀ ਉਹਦੇ ਆਪ ਦੇ ਹੌਸਲੇ ਪਸਤ ਨੇ ਨਹੀਂ ਠੀਕ ਹੈ ਜੀ ਵੈਸੇ ਹੌਸਲੇ ਵਾਲਾ ਬੱਚਾ ਕਬੱਡੀ ਖੇលਦਾ ਸੀ ਪਲੇਅਰ ਰਿਹਾ ਏ ਹਾਂਜੀ ਮ ਉਹ ਹਿੰਮਤ ਤਾਂ ਹੈ ਆ ਜੀ ਉਹ ਚ ਪਰ ਉਹਨੂੰ ਆਪਣਾ ਸਰੀਰ ਵੀ ਦਿਖਦਾ ਹੈ ਜੀ ਸਾਨੂੰ ਵੀ ਦਿਖਦੀ ਉਹਦੀ ਹਾਲਤ ਜੀ ਹਾਂਜੀ ਹਿੰਮਤ ਤਾਂ ਹੈਗੀ ਆ ਬੱਚੇ ਚ ਜੀ ਸਾਡੇ ਚ ਹਾਂਜੀ ਅ ਤੁਸੀਂ ਪਿਓ ਹੋ ਪਿਓ ਨੂੰ ਬਹੁਤ ਜਿਹੜਾ ਆਸਰਾ ਹੁੰਦਾ ਬੱਚਿਆਂ ਦਾ ਮਨ ਵੀ ਭਰਦਾ ਹੈ ਅਜਿਹੇ ਮੌਕੇ ਦੇ ਉੱਤੇ ਅ ਦਿੱਲੀ ਵਾਲੇ ਜਿਹੜੇ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਉਹਨਾਂ ਨੇ ਕਿਹਾ ਵੀ ਮਤਲਬ ਅਸੀਂ ਗਰੰਟੀ ਦਿੰਦੇ ਆ ਵੀ ਠੀਕ ਹੋ ਜਾਊਗਾ ਪਹਿਲਾਂ ਵਾਰ ਆਪਣੇ ਪੈਰਾਂ ਤੇ ਹੋ ਜਾਊਗਾ ਮੜਾ ਮੜਾ ਹੋ ਜੂ ਜੀ ਚਲਦਾ ਜਾਣੀ ਆਪਣੇ ਕਿਰਿਆ ਸੋਧਣ ਜੋਗਾ ਹੋ ਜੂਗਾ ਜੀ ਬਸ ਇੰਨਾ ਬਹੁਤ ਜ਼ਿਆਦਾ ਹੈ ਨਾ ਜੀ ਵੀ ਜੇ ਸਾਡੀ ਮਦਦ ਹੋ ਜੂ ਚੰਗੀ ਗੱਲ ਹੈ ਜੀ ਜ਼ਿੰਮੇਵਾਰੀ ਕਿਹਦੀ ਮੰਨੋਗੇ ਇਹ ਹੋਇਆ ਕਿਉਂ ਹੈ ਕੀ ਕਾਰਨ ਰਿਹਾ ਇਹਦੇ ਪਿੱਛੇ ਹੋਣ ਦੇ ਮਤਲਬ ਅੱਜ ਜੇ ਜਗਤਾਰ ਦੀ ਇਹ ਸਥਿਤੀ ਬਣੀ ਹੈ ਇਹ ਹਾਲਾਤ ਬਣਿਆ ਹੈ ਇਹ ਹਾਲਾਤ ਪਿੱਛੇ ਜ਼ਿੰਮੇਵਾਰ ਕੌਣ ਹੈ ਇਹ ਸਰਕਾਰ ਹੈ ਜੀ ਹੋਰ ਕੌਣ ਹੈ ਜੀ ਜੇ ਕਿਸਾਨਾਂ ਨੂੰ ਪਰੇਸ਼ਾਨ ਕਰਿਆ ਤਾਂ ਆਪਾਂ ਜਾ ਰਹੇ ਹਾਂ ਜੀ ਉੱਥੇ ਨੂੰ ਰਸਣ ਪਾਣੀ ਲੈ ਕੇ ਕਿਹੜੀ ਸਰਕਾਰ ਇਹ ਬਾਜਾ ਜਹਾਜ ਜੀ ਆਪਣਾ ਮੋਦੀ ਸਾਹਿਬ ਹਾਂਜੀ ਜੇ ਉਰੀ ਸਰਕਰਨ ਦੇ ਕਾਨੂੰ ਕਿਸਾਨਾਂ ਰਾਣ ਹੁੰਦੇ ਜੀ ਐਨਾ ਜੀ ਪਰ ਇਹ ਸਭ ਤੋਂ ਬਾਅਦ ਐਨਾ ਕੁਛ ਬੀਤ ਰਿਹਾ ਕਈ ਘਰਾਂ ਦੇ ਚਿਰਾਗ ਤੱਕ ਬੁਝ ਗਏ ਆ ਸਰਕਾਰ ਹਲੇ ਵੀ ਕਹਿ ਰਹੀ ਹੈ ਕਿ ਤੁਹਾਨੂੰ ਸਮਝ ਨਹੀਂ ਆ ਰਹੀ ਐਨਾ ਕੁਝ ਹੋ ਰਿਹਾ ਹੈ ਸਰਕਾਰ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਕੁਝ ਕਹੋਗੇ ਇਹੀ ਹੈ ਜੀ ਸਾਨੂੰ ਤੋਂ ਸਰਕਾਰ ਨੂੰ ਵੀ ਆਪਣੇ ਕਾਨੂੰਨ ਵਾਪਸ ਕਰਨ ਕਿਉਂਕਿ ਸੀਦੇ ਬੱਚੇ ਜੀ ਰੋਲਨ ਕਈਆਂ ਮਾਮਾ ਦੇ ਬੱਚੇ ਜੀ ਸ਼ਹੀਦ ਹੋ ਗਏ ਇੱਕ ਲੇਖੇ ਦੇ ਜੀ ਸੰਗਰਾਸ਼ ਵਿੱਚ ਕਈ ਇਹੋ ਜਿਹੇ ਹੋ ਗਏ ਬੱਚੇ ਜਿਹੜੇ ਤੁਰਨ ਫਿਰਨ ਤੋਂ ਵੀ ਰਹਿ ਗਏ ਜੀ ਸਰਕਾਰ ਨੂੰ ਆਪ ਸੋਚਣਾ ਚਾਹੀਦਾ ਕਿੰਨੇ ਮਾਸੂਮਾਂ ਦੀ ਜਾਨ ਗਈ ਹੈ ਜੀ ਆਪ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਕਾਨੂੰਨ ਰੱਦ ਕਰਨ ਹੋਣਗੇ ਹਾਂਜੀ ਤੇ ਕਬੱਡੀ ਕਦੋਂ ਤੋਂ ਖੇਡਣੀ ਸ਼ੁਰੂ ਕੀਤੀ ਸੀ ਜਗਤਾਰ ਹੋਰਾਂ ਨੇ ਇਹਨਾਂ ਨੂੰ ਜੀ 13-14 ਸਾਲ ਹੋ ਗਏ ਤੇ ਜੀ ਖੇਡਦੇ ਨੂੰ ਵਧੀਆ ਸੀ ਇਹਨਾਂ ਦੀ ਪਿੰਡ ਦੀ ਟੀਮ ਹੈ ਜੀ ਸਾਡੇ ਦੀ ਹਾਂਜੀ ਵਧੀਆ ਮੈਚ ਲਾਉਂਦਾ ਸੀਗਾ ਟਰੋਫੀਆਂ ਮੋਟਰਸਾਈਕਲ ਵੀ ਜਿੱਤਦੇ ਆਂ ਜੀ ਇਹਨਾਂ ਨੇ ਹਾਂਜੀ ਵਧੀਆ ਖੇਲਦਾ ਸੀਗਾ ਪਲੇਅਰ ਸੀਗਾ ਟੀਮ ਦਾ ਤੇ ਤੁਸੀਂ ਮਾਤਾ ਜੀ ਮਾਸੀ ਆਜੋ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਮਾਸੀ ਬਹੁਤ ਦੁੱਖ ਦੀ ਘੜੀ ਹੈ ਜਿਹੜੀ ਮਤਲਬ ਇਸ ਤਰੀਕੇ ਨਾਲ ਆ ਪਈ ਹੈ ਜਿਵੇਂ ਦੱਸ ਰਹੇ ਸੀਗੇ ਪਿਤਾ ਜੀ ਵੀ ਵੀ ਸਰਕਾਰ ਹੀ ਸਾਰਾ ਕੁਝ ਦੇ ਪਿੱਛੇ ਜ਼ਿੰਮੇਵਾਰ ਹੈ ਤੇ ਸਥਿਤੀ ਜਦੋਂ ਹਾਲਤ ਵੇਖਦੇ ਹਾਂ ਤੇ ਉਦੋਂ ਫਿਰ ਸਰਕਾਰਾਂ ਤੇ ਕਿੰਨਾ ਖਰਕ ਆਉਂਦਾ ਖਰਕ ਤਾਂ ਜੀ ਇਹੀ ਆਉਂਦਾ ਵੀ ਇਸ ਤਰ੍ਹਾਂ ਇੰਨੇ ਬੱਚਿਆਂ ਦਾ ਵੀ ਹੋ ਰਿਹਾ ਜੀ ਮਤਲਬ ਸਾਰੇ ਐਨੇ ਪਰੇਸ਼ਾਨ ਹੈ ਜੀ ਦੇਖੋ ਆਪਾਂ ਜਾਇਦਾਤ ਮਤਲਬ ਜਿਗਰ ਦੇ ਟੁਟੇ ਮੰਗ ਹੁੰਦੀ ਹੈ ਜੀ ਅੱਜ ਇਹ ਸਾਡੀ ਵਿਛੜਦੀ ਜਾ ਰਹੀ ਹੈ ਸਾਨੂੰ ਇਹ ਤਾਂ ਬਹੁਤ ਦੁੱਖ ਹੈ ਬਾਕੀ ਜਿਹੜੇ ਬੱਚੇ ਸਾਡੇ ਤੁਰਨ ਤੇ ਵੀ ਲਜਕਾਰ ਹੋ ਗਏ ਅੱਜ ਦੀ ਘੜੀ ਅਸੀਂ ਦੁਖੀ ਹੈ ਜੀ ਬਹੁਤ ਇਹ ਗੱਲ ਤੇ ਬਹੁਤ ਦੁਖੀ ਹੈ ਪਿੰਡਾਂ ਚ ਉਹ ਹਲੇ ਵੀ ਜਾ ਰਹੇ ਹੋਣਗੇ ਹਾਂ ਜੀ ਹਾਂ ਜੀ ਜਾ ਰਹੇ ਸਾਡੇ ਪਿੰਡੋਂ ਤਾਂ ਖੁਦ ਜਾ ਰਹੇ ਮੇਰੇ ਫਾਦਰ ਰਹੀਆਂ ਜੀ ਅਸੀਂ ਹੁਣ ਮੂਰੇ ਹੋ ਕੇ ਇਕੱਠਾ ਕਰਤਾ ਰਾਸ਼ਨ ਅਹਲੇ ਸ਼ਾਇਦ ਕੱਲ ਜਾਂ ਅੱਜ ਜਾਣਾ ਏ ਜੀ ਕੱਲੂ ਜਾਣਾ ਏ ਜੀ ਅਸੀਂ ਮੂਰੇ ਹੋ ਗਏ ਸਾਡਾ ਸਾਰਾ ਪਰਿਵਾਰ ਉਹਨਾਂ ਦੇ ਕਿਸਾਨਾਂ ਦੇ ਨਾਲ ਹੈ ਜੀ ਇਸ ਟਾਈਮ ਵੀ ਅਸੀਂ ਆਪਣੇ ਬੱਚੇ ਨਾਲ ਵੀ ਅਸੀਂ ਉਹਨਾਂ ਨਾਲ ਵੀ ਆ ਜੀ ਦੇਖੋ ਬਿਲਕੁਲ ਤੁਹਾਡੇ ਵੈਸੇ ਹੌਸਲੇ ਨੂੰ ਜਜ਼ਬਾਤਾਂ ਨੂੰ ਸਲਾਮ ਹੈ ਜਿਹੜੀ ਕਿ ਇਸ ਮੌਕੇ ਦੇ ਉੱਤੇ ਪਰ ਕਈ ਵਾਰੀ ਮਨ ਦੇ ਵਿੱਚ ਇਦਾਂ ਆਉਂਦਾ ਵੀ ਐਡਾ ਵੱਡਾ ਮਤਲਬ ਪਾਣਾ ਇਹ ਜੱਕਹਿਰ ਪਰਿਵਾਰ ਦੇ ਉੱਤੇ ਮਤਲਬ ਟੁੱਟ ਪਿਆ ਵੀ ਹੁਣ ਆਪਾਂ ਇਸ ਚੀਜ਼ ਤੋਂ ਗਰੇਜ਼ ਕਰੀਏ ਨਹੀਂ ਜੀ ਸਾਨੂੰ ਨਹੀਂ ਜੀ ਹੈਗਾ ਅਸੀਂ ਉਹਨਾਂ ਦੇ ਨਾਲ ਵੀ ਉਹ ਵੀ ਸਾਡੇ ਬੱਚੇ ਆ ਭਰਾ ਐ ਜੀ ਬਾਪ ਐ ਜੀ ਜਿਹੜੇ ਇਸ ਟਾਈਮ ਠੰਡ 'ਚ ਬੈਠੇ ਆ ਜੀ ਅਸੀਂ ਫਿਰ ਵੀ ਘਰਾਂ ਬੈਠੇ ਆ ਉਹ ਠੰਡ 'ਚ ਬੈਠੇ ਆ ਅਸੀਂ ਉਹਨਾਂ ਦੇ ਨਾਲ ਆ ਜੀ ਸਾਡਾ ਪੂਰਾ ਪਰਿਵਾਰ ਇਸ ਟਾਈਮ ਉਹਨਾਂ ਦੇ ਨਾਲ ਹੈ ਅਸੀਂ ਹੁਣ ਵੀ ਰਾਸ਼ਨ ਇਕੱਠਾ ਕੀਤਾ ਫਾਦਰ ਸਾਹਿਬ ਨੇ ਪਿੰਡ 'ਚ ਅਸੀਂ ਭੇਜ ਰਹੇ ਆ ਜੀ ਕੱਲ ਨੂੰ ਪਰ ਇਹ ਕਹਿੰਦੇ ਇਹ ਤਾਂ ਕਿਸਾਨ ਨਹੀਂ ਹੈਗੇ ਤਾਂ ਗੁੰਮਰਾਹ ਕੀਤੇ ਹੋਏ ਲੋਕ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਬਿੱਲ ਤਾਂ ਸਹੀ ਨੇ ਉਹ ਜੋ ਮਰਜ਼ੀ ਕਹੀ ਜਾਣ ਜੀ ਉਹ ਤਾਂ ਸਾਨੂੰ ਪਤਾ ਨਾ ਸਾਡੇ ਦਿਲਾਂ ਨੂੰ ਪਤਾ ਵੀ ਕਿਵੇਂ ਇਹ ਇੰਨਾ ਬੜਾ ਹੋ ਰਿਹਾ ਸਾਡਾ ਬੱਚਾ ਹੁਣ ਅੱਜ ਦੀ ਘੜੀ ਤਾਂ ਕੋਈ ਤੁਰਨ ਦੀ ਵੀ ਗਰੰਟੀ ਨਹੀਂ ਦੇ ਰਿਹਾ ਸੀ ਸੱਚੀ ਗੱਲ ਤੁਹਾਨੂੰ ਦਿਲੋਂ ਦੱਸੀ ਲਾਜ ਉਹਦਾ ਅਸੀਂ ਕਰਾਵਾਂਗੇ ਜੱਥੇ ਚੱਲੇਗਾ ਜਿਵੇਂ ਮਰਜੀ ਹੋਵੇ ਕਿਸੇ ਦੀ ਮਦਦਤ ਹੋਊਗੀ ਉਹ ਵੀ ਬਹੁਤ ਵਧੀਆ ਗੱਲ ਹੈ ਕਿੰਨੇ ਕਿੰਨੇ ਭੈਣ ਭਰਾ ਨੇ ਜਕਤਾਰ ਹੋਰੀ ਤਿੰਨ ਭਰਾਏ ਜੀ ਇਹ ਸਭ ਤੋਂ ਛੋਟਾ ਹੈ ਇਹ ਛੋਟਾ ਹੈ ਜੀ ਹਾਂਜੀ ਹਲੇ ਵਿਆਹ ਹੋਇਆ ਸੀ ਨਹੀਂ ਜੀ ਜੀ ਵਿਆਹ ਨਹੀਂ ਤੋ ਕਾਫੀ ਜਿਹੜੀਆਂ ਨੇ ਆਸਾਂ ਉਮੀਦਾਂ ਹੁੰਦੀਆਂ ਨੇ ਜਿਹੜੇ ਜਿਹੜੀ ਉਮਰ ਹੁੰਦੀ ਐ ਪਿਓ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਉਸ ਉਮਰ ਦੇ ਵਿੱਚ ਆ ਕੇ ਜਦੋਂ ਐਡੀ ਵੱਡੀ ਕੁਦਰਤੀ ਮਾਰ ਪਈ ਐ ਔਰ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਰਾਸ਼ਨ ਜਿਹੜਾ ਉੱਥੇ ਪਹੁੰਚਾਉਣ ਲਈ ਉੱਥੇ ਜਾ ਰਹੇ ਸੀਗੇ ਪਰ ਰਾਹ ਦੇ ਵਿੱਚ ਹੀ ਐਕਸੀਡੈਂਟ ਜਿਹੜਾ ਹੋ ਜਾਂਦਾ ਜਗਤਾਰ ਹੋਰਾਂ ਦਾ ਔਰ ਇੱਕ ਗੱਲ ਅਸੀਂ ਇੱਕ ਇੰਟਰਵਿਊ ਤੁਹਾਨੂੰ ਪਹਿਲਾਂ ਦਿਖਾਈ ਸੀ ਕੁਲਵੰਤ ਸਿੰਘ ਸੀਗੇ ਉਹਨਾਂ ਦਾ ਵੀ ਹਰਿਆਣੇ ਦੇ ਵਿੱਚ ਤਰਾਵੜੀ ਦੇ ਨੇੜੇ ਐਕਸੀਡੈਂਟ ਹੁੰਦਾ ਤੇ ਉਹਨਾਂ ਨੇ ਇੱਕ ਇਲਜ਼ਾਮ ਬਹੁਤ ਵੱਡਾ ਲਾਇਆ ਸੀਗਾ ਕਿ ਇਹ ਭਾਜਪਾ ਸਰਕਾਰ ਜਿਹੜੀ ਹੈ ਐਕਸੀਡੈਂਟ ਕਰਾ ਰਹੀ ਹੈ ਸਾਰੇ ਐਕਸੀਡੈਂਟ ਟਰਾਲੀਆਂ ਨਾਲ ਹੁੰਦੇ ਆ ਉਹੀ ਟਰਾਲੀਆਂ ਨਾਲ ਹੁੰਦੇ ਆ ਜਿਨ੍ਹਾਂ ਤੇ ਝੰਡੇ ਲੱਗੇ ਹੁੰਦੇ ਆ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਹੁੰਦੇ ਆ ਜਾਂ ਪਿੰਡਾਂ ਚੋਂ ਲੋਕ ਲੈ ਕੇ ਜਾ ਰਹੇ ਹੁੰਦੇ ਆ ਤਾਂ ਇੱਕ ਵਾਰੀ ਉਹਨਾਂ ਦੇ ਜਿਹੜੇ ਪਿਤਾ ਜਕਤਾਰ ਦੇ ਉਹਨਾਂ ਤੋਂ ਜ਼ਰੂਰ ਪੁੱਛਾਂਗੇ ਵੀ ਕੁਲਵੰਤ ਹੁਰੀ ਐਸ ਫੇੜੇ ਪਿੰਡ ਦੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਦੀ ਗੱਲ ਦੇ ਨਾਲ ਕਿੰਨਾ ਕੁ ਤੁਸੀਂ ਇਤਫਾਕ ਰੱਖਦੇ ਹੋ ਹੁਤਾ ਨਹੀਂ ਤੁਹਾਨੂੰ ਪਤਾ ਹੀ ਹੈ ਜੀ ਸੰਘਰਸ਼ ਬਾਰੇ ਬਹੁਤ ਬੇਕਨ ਉਹ ਹੋ ਰਿਹਾ ਜੀ ਇਹ ਜਿਹੜੇ ਚਾਲੀਆਂ ਭਾਂਟੇ ਲੱਗੇ ਜਾ ਰਹੇ ਜੀ ਇਹ ਟਰੱਕਾਂ ਵਾਲੇ ਪਤਾ ਨਹੀਂ ਕਿਵੇਂ ਕਰਾ ਰਹੀਏ ਗਵਰਨਮੈਂਟ ਕਿਵੇਂ ਨਹੀਂ ਕਰਾ ਰਹੀਏ ਤੁਹਾਨੂੰ ਤੁਹਾਨੂੰ ਲੱਗਦਾ ਵੀ ਇਹ ਗੱਲ ਹੋ ਸਕਦੀ ਹੈ ਇਦਾਂ ਵੀ ਐਕਸੀਡੈਂਟ ਜਾਣਬੁਝੇ ਕਰਾਇਆ ਜਾਂਦਾ ਹੋ ਸਕਦੀ ਹੈ ਜੀ ਜੇ ਸਰਕਾਰ ਆਪਣੀ ਮਨਾਉਣੇ ਪਰ ਆਵੇ ਜੀ ਸ਼ਾਇਦ ਉਹ ਐ ਸੋਚਦੀ ਹੋਗੀ ਵੀ ਅਸੀਂ ਇੱਕਾ ਡਰਾ ਕੇ ਬੱਚਿਆਂ ਨੂੰ ਕੁਝ ਤਕਲੀਫ ਦੇ ਕੇ ਇਹਨਾਂ ਨੂੰ ਰੋਕ ਸਕੀਏ ਜੀ ਸ਼ਾਇਦ ਹੋ ਸਕਦਾ ਹੱਥ ਉਹਨਾਂ ਦਾ ਜਦੋਂ ਸਰਕਾਰ ਅਸੀਂ ਚੂਣੀਆਂ ਸਾਡਾ ਪੁੱਛੇ ਨਹੀਂ ਰਹੀ ਜੀ ਸਾਨੂੰ ਹੁਣ ਇਹਨੇ ਬੱਚੇ ਮਰੇ ਆ ਉਹਨਾਂ ਦੇ ਵੱਲੋਂ ਇੱਕ ਵੀ ਬੀਜੇਪੀ ਦਾ ਕੋਈ ਮੰਤਰੀ ਕੋਈ ਆਇਆ ਹੋਵੇ ਤਾਂ ਅਸੀਂ ਕਹੀਏ ਵੀ ਸਾਡੀ ਖਬਰ ਲੈਣੇ ਆਇਆ ਹੋਵੇ ਬੀਜੇਪੀ ਵਾਲੇ ਤਾਂ ਕਹਿੰਦੇ ਆ ਤੁਸੀਂ ਗੁੰਮਰਾਹ ਹੋਏ ਹੋ ਤੁਸੀਂ ਗੁੰਮਰਾਹ ਹੋਏ ਤੁਹਾਨੂੰ ਕਿਸੇ ਨੇ ਗੁੰਮਰਾਹ ਕੀਤਾ ਚਲੋ ਮੈਂ ਤੁਹਾਨੂੰ ਪੁੱਛਦਾ ਕਿਸੇ ਨੇ ਗੁੰਮਰਾਹ ਕੀਤਾ ਤੁਹਾਨੂੰ ਨਹੀਂ ਜੀ ਸਾਨੂੰ ਕਿਸੇ ਨੇ ਗੁੰਮਰਾਹ ਨਹੀਂ ਕੀਤਾ ਸਾਨੂੰ ਪਤਾ ਹੈ ਜੀ ਸਾਡਾ ਹੱਕ ਹੈ ਜੀ ਜ਼ਮੀਨ ਸਾਡੀ ਹੈ ਜੀ ਅਸੀਂ ਇਹ ਹੀ ਦੋ ਤਿੰਨ ਕਿੱਲੇ ਸਰਕਾਰ ਨੂੰ ਦੇ ਦਾਂਗੇ ਫਿਰ ਅਸੀਂ ਖਾਵਾਂਗੇ ਕੀ ਨਾ ਸਾਨੂੰ ਨੌਕਰੀ ਹੈ ਜੀ ਸਾਡੇ ਬੱਚੇ ਨੂੰ ਕਿਸੇ ਨੂੰ ਨਾ ਸਾਨੂੰ ਕੋਈ ਫੰਡ ਹੈ ਨਾ ਕੁਝ ਹੈ ਸਾਨੂੰ ਮੀਲ ਕੀ ਰਿਹਾ ਜੀ ਸਰਕਾਰ ਵੱਲੋਂ ਕਿਸਾਨਾਂ ਨੂੰ ਤਾਂ ਇਹ ਹੀ ਆ ਕਰ ਜਾ ਕਿਸਾਨਾਂ ਨੂੰ ਵਾਧੂ ਹੈ ਜੀ ਦੇ ਦੋ ਪੈਸੇ ਲੈ ਲੋ ਜੀ ਕਿਸਾਨਾਂ ਦੇ ਸਿਰ ਪਰ ਸਾਨੂੰ ਕਿਸੇ ਨੇ ਨਹੀਂ ਕਿਹਾ ਜੀ ਸਾਨੂੰ ਆਪ ਨੂੰ ਸਾਡੇ ਹੱਕ ਪਤਾ ਹੈ ਜੀ ਸਾਡੇ ਕੀ ਹੱਕ ਹੈ ਬਿਲਕੁਲ ਚਾਹੇ ਜਿੰਨਾ ਵੀ ਕੁਝ ਕਿਉਂ ਨਾ ਵਾਪਰ ਜਾਵੇ ਪਰ ਅਸੀਂ ਆਪਣੀ ਇਸ ਜ਼ਮੀਨ ਖਾਤਰ ਆਪਣੀ ਇਸ ਮਾਂ ਖਾਤਰ ਲੜਦੇ ਰਹਾਂਗੇ ਇਹਨਾਂ ਲੋਕਾਂ ਦੇ ਹੌਂਸਲੇ ਇਹਨਾਂ ਦੇ ਜਜ਼ਬਾਤ ਹੈ ਜਿਨ੍ਹਾਂ ਨੂੰ ਸਲਾਮ ਹੈ ਪਰ ਸਰਕਾਰਾਂ ਨੂੰ ਜਿਹੜੀਆਂ ਨਾਲ ਖੜੇ ਹੋਣ ਦੇ ਦਾਅਵੇ ਕਰਦੀਆਂ ਨੇ ਸੂਬੇ ਦੀਆਂ ਸਰਕਾਰਾਂ ਉਹਨਾਂ ਨੂੰ ਅਜਿਹੇ ਕੇਸਿਸ ਵੱਲ ਵੀ ਨਿਗਾਹ ਮਾਰਨੀ ਚਾਹੀਦੀ ਹੈ ਜਿਹੜੇ ਜਹਾਨੋ ਤੁਰ ਗਏ ਉਹਨਾਂ ਨੂੰ 5 ਲੱਖ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾ ਰਿਹਾ ਹੈ ਠੀਕ ਹੈ ਇਸਲਾਕਾ ਜੋ ਕਦਮ ਹੈ ਬਣਦਾ ਵੀ ਹੈ ਪਰ ਇਹ ਹਾਲਾਤ ਕਿਉਂ ਬਣੇ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਇਹ ਹਾਲਾਤ ਬਣਨ ਤੋਂ ਪਹਿਲਾਂ ਹੀ ਜੇ ਮੁਖਾਲਫਤ ਹੋਈ ਹੁੰਦੀ ਸ਼ਾਇਦ ਅੱਜ ਘਰਾਂ ਦੇ ਚਿਰਾਗ ਨਾ ਬੁਝਦੇ ਜਗਤਾਰ ਦੀ ਜੋ ਹਾਲਤ ਹੈ ਆਪਣੇ ਪੈਰਾਂ ਤੇ ਜਿਹੜਾ ਨਹੀਂ ਤੁਰ ਸਕਦਾ ਹੈਗਾ ਇਹ ਵੀ ਉਹਨਾਂ ਸ਼ਹੀਦਾਂ ਤੋਂ ਕੋਈ ਘੱਟ ਵਾਲੀ ਸਥਿਤੀ ਨਹੀਂ ਜਿਹੜੀ ਕਿ ਜਦੋਂ ਰੀਡ ਦੀ ਹੱਡੀ ਟੁੱਟ ਗਈ ਤੁਸੀਂ ਸਾਰੀ ਉਮਰ ਦੇ ਲਈ ਜਿਹੜਾ ਹੈ ਹਲੇ ਤੱਕ ਕੋਈ ਗਾਰੰਟੀ ਨਹੀਂ 20-20 ਲੱਖ ਦੇ ਇਲਾਜ ਤੋਂ ਬਾਅਦ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ ਮਦਦ ਲਈ ਵੀ ਅੱਗੇ ਆਉਣਾ ਚਾਹੀਦਾ ਪਰ ਫਿਰ ਵੀ ਪਰਿਵਾਰ ਦਾ ਇੱਕ ਹੌਂਸਲਾ ਹੈ ਜਿਸ ਨੂੰ ਸਲਾਮ ਹੈ ਕਿ ਉਹ ਕਹਿ ਰਿਹਾ ਹੈ ਕਿ ਅਸੀਂ ਫਿਰ ਵੀ ਜਾਵਾਂਗੇ ਅਸੀਂ ਦਿੱਲੀ ਜਾਏ ਬਿਨਾ ਨਹੀਂ ਰ੍ਹਾਂਗੇ ਤਾਂ ਪਿੰਡ ਪਿੰਡ ਦੀ ਘਰ ਘਰ ਦੀ ਇਹ ਦਾਸਤਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਇਹ ਦਰਦ ਦੀਆਂ ਗਮਗੀਨ ਮਾਹੌਲ ਦੀਆਂ ਉਹ ਤਸਵੀਰਾਂ ਨੇ ਜਿਹਨੂੰ ਵੇਖ ਕੇ ਸ਼ਾਇਦ ਉਮੀਦ ਕਰਦੇ ਹਾਂ ਸਰਕਾਰ ਦੇ ਮਨ ਮੇਰ ਪੈ ਜੇ ਲੱਖਾਂ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਦੇ ਤੇ ਕੋਈ ਉਹ ਆਪਣਾ ਰਹਿਮ ਦਾ ਜਿਹੜਾ ਕਦਮ ਅੱਗੇ ਵਧਣ ਤਾਂ ਜੋ ਕਿ ਲੋਕ ਸੁਖੀ ਸੰਦੀ ਆਪਣੇ ਘਰੇ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਵਾਸਤੇ ਰਹਿ ਸਕਣ ਕੈਮਰਾਮੈਨ ਚੋਹਾਨ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਪਿੰਡ ਸੈਂਪਲੀ ਜ਼ਿਲ੍ਹਾ ਫਤਿਹਗੜ੍ਹ